हाँ जी, हमेशा की तरह व्लॉग की स्टार्टिंग कार चो। साडा ट्रिप यह जा रहा माउंट रेनियर देखना असी सारे पास्यों। माउंट रेनियर बीमा माउंटेन आ नॉर्थ अमरीका का व्डा, काफ़ी उचाई है वो 4300 मीटर उच्चा पहाड़। तो नाल नाल असी जिते एयरबीएन भी बुक किया वह शहर का ना है यकीमा। इतों ड्राइव हैगी ऑलमोस्ट 5.5 घंटे। बॉर्डर से देखते हैं, एक तुक्का लाना जो लग गया बॉर्डर से तो बॉर्डर क्रॉस हो जाओ 1/2 घंटे, नहीं तो 2 घंटे भी लग सकते। बॉर्डर ले असी तैयार हाँ, 2 घंटे रुकने को साढ़े को खाण पीन समान है, चौथा बंदा चक दे। बॉर्डर स्किप करने का तरीका कामयाब हो गया, सारे जने इदा कर सकते हैं। ड्यूटी फ्री जाओ, थोड़ा जहा समान लो $15 या $15 तो उत्ते, लाइन स्किप करो, माइंड इट, नाले सस्ती शराब लो। बॉर्डर से पहुंच चले बस थोड़ी हैगी वेट, 20 मिनट में लगता लग जाएंगे कुडे। अज साडे भाजी सानू लैके आए हैं पांडा एक्सप्रेस। खाना पीना खा लिया, बाहर आए आ दरख्त जमा ही पिपल वर्गा दिसिया, बस ये जटा है नहीं गलिया, बाकी सारा कुछ एक ही। भर गया ढिड, हम नहीं रुकना आप 2 घंटे। कॉस्को तो कर ली गैस फिल, हम चले सीधा उन्ना पहाड़ा वाल जो सामने दिखते हैं। आप जा रहे हैं लेवनवर्थ स्टीवसन पास लैके, शायद मैं ना सही लिया होना, बाकी मैं बाकी हो सकता ना गलत लिया हो। स्टीवसन पास चढ़ के, स्टीवसन पास की हाइट हैगी 1300 मीटर, 1300 मीटर हाइट आ गई। बाकी वीडियो अगे जाके मैडम दी नवी एंड जवान जी आइस बैग पंजाबी नॉक। ओहो, एक तो वीडियो बनाने कड़ा सौखी है, एक तो मेरे नाम भी नहीं कटे ब्रो। ओके, ठंडी ठंडी बर्फ, अपनी ड्रिंक ठंडिया हो जाएगी। चाबियां मोड़े ये बई नू, एक बैग कट लिया वा। इतों लेवन वर्थ की दूरी 1.5 घंटा, रुकते रुकते जाने सह लेंदे लेंदे। बॉर्डर हैगी 11 मिनट, उत्थे जाके कॉफ़ी लभनी है, कॉफ़ी पी के अखा खोल के फिर आप सीधा याकीमा चल जाना। याकीमा वो नहर दिखाओ, बड़ी सोहनी आई अपने नहर उधर आ मेरे वाल नहीं, वो परले पासे कर दे बंद करके इनू। हाँ वेखो लोग किवें बैठे इतने, कोई है डर इन्हों, पुलिस वाली गड्डी पिछे सिक्योरिटी कर रही है। लेवन वर्थ पहुँच गए, विंटर च आए सी हुण आया समर दे विच। ये आ खूबसूरत लेवन वर्थ, जेड़ा टाउन 1906 दे विच बनिया सीगा, उस तो बाद तुसीं देख लो आप ही। इत्थों दीआं पुरानीआं बिल्डिंग्स लई मशहूर आ, वाशिंगटन दा विसलर आ इह, मे बी बैटर दैन विसलर। ओ कैफे उधर सीगा,
ਕਿਉਂ ਜਾਂਦੀ ਕਿ ਨਹੀਂ ਮਟਕ ਦੀ ਘੋੜੀ ਕਰਨ ਔਜਲੇ ਦੀ ਘੋੜੀ ਨਾਲੋਂ ਫੇਲ ਕਰਨ ਔਜਲੇ ਦੀ ਘੋੜੀ ਨੂੰ ਫੇਲ ਕਰਦੀ ਹੈ ਗਿਆ ਬੋਤੇ ਵਾਲਾ ਭਾਈ ਇਦੂ ਗਾਂ 1 ਘੰਟਾ 48 ਮਿੰਟ ਦੀ ਹੋਰ ਵਾਟ ਪਈ ਆ ਯਾਕੀਮਾ ਜਿੱਥੇ ਏਅਰ ਬੀ ਐਨ ਬੀ ਆਪਣਾ ਬੁੱਕ ਕੀਤਾ ਹੋਇਆ ਉਹ ਸਾਡੀ ਜੋੜੀ ਤੁਰੀ ਆਉਂਦੀ ਹੈ ਬਹੁਤ ਸੋਹਣਾ ਹਵਾ ਕਿੰਨੀ ਸੋਹਣੀ ਚੱਲ ਪਈ ਹਨਾ ਹੁਣ ਹਾਏ ਜਾ ਡਾਕੇ ਨਾਰੀ ਸ਼ੋਪਿੰਗ ਕਰ ਲੈ ਲਈਏ ਕੁਛ ਉਧਰ ਪਏ ਸਾਰੇ ਆ ਦੇ ਪਏ ਉਹ ਫ੍ਰਿਜ ਟੈਗ ਉਹ ਪਏ ਸਾਰੇ ਸੋਹਣਾ ਲੈ ਲਓ ਵੀ ਸੋਹਣਾ ਜਿਹਾ ਚੱਕ ਲਓ ਘੜੀ ਵਾਲਾ ਕਿੰਨਾ ਸੋਹਣਾ ਯਾਦਗਾਰੀ ਹਾਂ ਇੱਕ ਆਪਾਂ ਆਪਣੇ ਘਰ ਵਾਸਤੇ ਲੈ ਚਲਦੇ ਆ ਹਾਂ ਲਈ ਇੱਕ ਕਿਹੜਾ ਲਈ ਹੈ ਨਹੀਂ ਮੈਂ ਸ਼ਾਰਟ ਵਾਲੇ ਗਲਾਸ ਨਹੀਂ ਲੈਣੇ ਦਿਸ ਵਨ ਸਬਸਕ੍ਰਾਈਬਰਾਂ ਨੂੰ ਚੀਵਰ ਸਬਸਕ੍ਰਾਈਬਰ ਦੱਸੋ ਬਈ ਕਿਹੜਾ ਵੜੀ ਕਮੈਂਟ ਚ ਦੱਸਿਓ ਕਿਹੜਾ ਜਾਦੇ ਸੋਣਾ ਇਹ ਵਾਲਾ ਮੈਨੂੰ ਆਪ ਆਹੀ ਜਾਦੇ ਸੋਣਾ ਭਾਈ ਵੀ ਸੋਣਾ ਅੰਦਰ ਫੋਟੋ ਇਹਦੀ ਸੋਣੀ ਆ ਟਾਊਨ ਦੀ ਚਲੋ ਲੈ ਲਓ ਟਾਈਮ ਟੂ ਲੀਵ ਲੇਵਨਵਰਥ ਅੱਧੇ ਘੰਟੇ ਵਾਸਤੇ ਹੀ ਆਏ ਸੀ ਨੈਕਸਟ ਟਾਈਮ ਜਾਦੇ ਟਾਈਮ ਲਈ ਆਵਾਂਗੇ ਮੇ ਬੀ 2 ਨਾਈਟਸ ਮੈਂ ਫਰੈਂਡਾਂ ਨਾਲ ਆਊਂਗਾ ਫਿਰ ਜਾਦੇ ਮੌਜਾਂ ਕਰਕੇ ਜਾਊਂਗਾ ਇੱਥੇ ਮੇ ਬੀ ਇੱਥੇ ਕਲੱਬ ਕਲੁੱਬ ਹੈਗੇ ਆ ਕਲੱਬ 'ਚ ਭੰਗੜੇ ਪਾ ਕੇ ਜਾਵਾਂਗੇ ਹੈ ਨਾ ਹੈ ਨਾ ਨਹੀਂ ਫਿਰ ਆਵਾਂਗੇ ਹੁਣ ਚੱਲੀਏ ਆਪਣੀ ਰਹਿਣ ਬਸੇਰੇ 'ਤੇ ਉਹ ਵੀ ਥੱਕਦੇ ਢਲਦੇ ਆ ਗਏ ਏਅਰਬੀਐਨਬੀ 'ਚ ਆ ਗਏ ਵੀ ਆ ਗਏ ਘਰੇ ਹੈ ਗੇਟ ਲੱਭਿਆ ਨਹੀਂ ਪਾਸਵਰਡ ਅੱਧਾ ਘੰਟਾ ਹੋ ਗਿਆ ਖੁੱਲ ਗਿਆ ਬਾਈ ਜੀ ਖੁੱਲ ਗਿਆ ਚਲੋ ਇੱਥੇ ਆ ਕੋਡ ਤੇ ਆਪਾਂ ਉੱਥੇ ਗੇਟ ਨੂੰ ਧੱਕਾ ਮਾਰ ਮਾਰ ਕਰੰਟ ਲਵਾਈ ਜਾਂਦੇ ਆ ਚਲੋ 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 ਓਏ ਰੈਸਟੋਰੈਂਟ ਦਾ ਨਾਮ ਕੀ ਸੀਗਾ ਮਾਈਨਸ ਡਰਾਈਵ ਇਨ ਇੱਥੇ ਆਇਆ ਸੀ ਖਾਣ ਬਰਗਰ ਕਰਤੇ ਆਰਡਰ $50 ਦੇ 4 ਬਰਗਰ ਇਹ ਬਰਗਰ ਦੀ ਸ਼ੋਪ ਕਹਿੰਦੇ ਪਿਛਲੇ 75 ਸਾਲਾਂ ਤੋਂ ਚੱਲਦੀ ਪਈ ਆ 75 ਸਾਲ ਪਹਿਲਾਂ ਇਹ ਇਹੋ ਜਿਹੇ ਕੱਪੜਿਆਂ ਦੇ ਵਿੱਚ ਸਰਵ ਕਰਦੇ ਹੁੰਦੇ ਸੀ ਸਮਾਨ ਟਾਈਮ ਹੋਇਆ ਵਿਆ ਮੈਨੂੰ ਤਾਂ 11:30 ਹੋ ਗਏ ਹੋਣੇ ਆ ਰੈਸਟੋਰੈਂਟ ਖੁੱਲ੍ਹਾ 3:30 ਤੱਕ 3:30 ਮਾਰਨਿੰਗ ਤੱਕ ਖੁੱਲ੍ਹਾ ਹੁੰਦਾ ਟਾਈਮ 11:30 ਹੋਣ ਵਾਲਾ ਹੀ ਆ ਉਹਦੀ ਘੜੀ ਲੱਗੀ ਨੇਟਿਵ ਦਾ ਇਹ ਸਾਰੇ ਦੂਜੇ ਆ ਲਾਲ ਭਾਰਤੀਏ ਬਾਕੀ ਬਰਗਰ ਖਾਂਦੇ ਹਾਂ ਅਤੇ ਖਾ ਕੇ ਰਿਵਿਊ ਦਿੰਦੇ ਹਾਂ ਸਵਾਦ ਵੀ ਆ ਕਿ ਨੁਕਸਾਨ ਹੀ ਆ ਬਾਕੀ ਲੋਕ ਬਾਹਰ ਗੱਡੀਆਂ 'ਚ ਬਹੁਤ ਖੜ੍ਹੇ ਆ ਡਰਾਈਵ ਇਨ ਜ਼ਿਆਦਾ ਆ ਇਹਦਾ ਡਰਾਈਵ ਆਓ ਅੱਛਾ 7-Up ਸਵਾਦ ਨਹੀਂ ਉਹ ਵੀ ਖਾਣਾ ਆ ਗਿਆ ਐਡਾ ਸਾਰਾ ਬਰਗਰ ਆ ਅੱਗੇ ਇੱਥੇ ਜਿੱਦਾਂ ਬਿੱਗ ਬਰਗਰ ਖਾਲੋ ਵੀ ਖਾਲੋ ਬਾਕੀ ਖਾ ਕੇ ਦੱਸਦੇ ਆ ਤੁਹਾਨੂੰ ਸਵਾਦ ਆ ਕਿ ਨਹੀਂ ਸਵਾਦ ਆ ਜੱਡਾ ਬਰਗਰ ਆ ਬਿੱਗ ਬੁੱਗ ਮੈਕ ਜਿਹੜੇ ਕੈਨੇਡਾ ਵਾਲਿਆਂ ਦੇ ਹੈਗੇ ਨਾ ਸਾਰੇ ਫੇਲ ਆ ਇਹਦੇ ਮੂਰੇ ਐਡਾ ਸਾਰਾ ਬਰਗਰ ਮੈਂ ਤਾਂ ਦੇਖ ਕੇ ਡਰ ਗਿਆ ਵੀ ਇਹਦਾ ਭੁੱਖ ਮਿਟ ਗਈ ਉਦਾਂ ਹੀ ਅੱਧੇ ਤੋਂ ਜ਼ਿਆਦਾ ਟਮਾਟਰ ਪਾਤਾ ਹੋਣਾ ਵਿੱਚ ਇਹਨਾਂ ਨੇ 6 ਸਲਾਈਸਾਂ ਟਮਾਟਰ ਦੀਆਂ ਵਿੱਚ ਚਲੋ ਆਹ ਫਰਾਈਆਂ ਦਾ ਥੈਲਾ ਦਿੱਤਾ ਐਡਾ 6 ਡਾਲਰਾਂ ਦੀਆਂ ਥੈਲਾ ਦਿੱਤਾ ਕਿੱਡਾ ਚੁੱਪਈ ਭੂਰਾ ਕੇ ਲੱਗਦੀ ਪਤਾ ਨਹੀਂ ਮੈਂ 10 ਦੰਦੀਆਂ ਵੱਢਣੀਆਂ ਕਿ 5 ਵੱਢਣੀਆਂ ਪਹਿਲੀ ਵੱਢਣ ਲੱਗਿਆ ਇਹਦੇ ਤੇ ਇਹ ਤਾਂ ਆਪਣੇ ਵਾਲੇ ਮੈਕਡੋਨਲਡ ਵਾਲੇ 4 ਬਰਾਬਰ ਕਿਵੇਂ ਟੇਸਟ ਚੰਗਾ ਪਰ ਕਾਹਦਾ ਨਹੀਂ ਆਣਾ ਪੀਜ਼ਾ ਕੇ ਸਫਾ ਹੋਣਾ ਚਲ ਬਾਕੀ ਆਪਾਂ ਦੇਖਦੇ ਫਿਰ ਕੀ ਕਰਨਾ ਪਤਾ ਨਹੀਂ ਮੇਰਾ ਐਡਾ ਵੱਡਾ ਦੇਖ ਕੇ ਟਿੱਡ ਭਰ ਗਿਆ ਅਤੇ ਪਤਾ ਨਹੀਂ ਮੈਨੂੰ ਸਵਾਦ ਨਹੀਂ ਲੱਗਿਆ ਪਰ ਮੈਂ ਟਰਾਈ ਤਾਂ ਕੀਤਾ ਵੀ ਮੈਂ ਵਿੱਚੋਂ ਪੈਟੀ ਕੱਢ ਕੇ ਖਾਣਾ ਪੈਟੀ ਖਾਧੀ ਮੈਨੂੰ ਨਹੀਂ ਸਵਾਦ ਲੱਗੀ ਮੇ ਵੀ ਮੈਂ ਜ਼ਿਆਦਾ ਜ਼ਿਆਦਾ ਟਮਾਟਰ ਖਾ ਲਵਾਂ ਕੱਢ ਕੇ ਵਿੱਚੋਂ ਪਰ ਮੈਨੂੰ ਲੱਗਦਾ ਨਹੀਂ ਮੈਂ ਬਰਗਰ ਖਾਊਂਗਾ
ਟਮਾਟਰ ਮਹਿੰਗੇ ਆ ਫਿਰ ਇੰਡੀਆ ਚ 200 ਰੁਪਏ ਕਿਲੋ ਖਾਣੇ ਪੈਣੇ ਓ ਗੋਡ ਬਣੋ ਖਾਣੇ ਚ ਬਣੋ ਚਲੋ ਚਲ ਬੰਦਾ ਵੱਜ ਗਿਆ ਵਾਪਸੀ ਹੈ ਏਅਰਬੀਐਨਬੀ ਦੇ ਵਿੱਚ ਥੱਕੇ ਪਏ ਆ ਹੁਣੇ ਆ ਕੇ ਬੈਠਾ ਨਾਈਟ ਸੂਟ ਪਾਇਆ ਹਨੀ ਜੀ ਹਨੀ ਜੀ ਆ ਗਏ ਮੈਂ ਕਿਹਾ ਹਨੀ ਜੀ ਠੀਕ ਆ ਸਾਰਿਆਂ ਨੂੰ ਗੁੱਡ ਨਾਈਟ ਸੌਂ ਜਾਓ